पंजाब दे भीड़ पैण ते होर कोई भावें पंजाब दे नाल खड़े भावें ना खड़े पर पंजाबी जरूर खड़े ने। जिद्दण दा पंजाब दे विच हड़ आया होया उद्दण तो ही सेवावां लगातार चल रही ने। माझे मालवे दुआबे तो ट्रालियां भर भर आ रही ने, राशन दियां पट्ठे आ रहे ने, सुक्का राशन भी लिया जा रहा। तो मेरे पेकियां तो पेकियां वाले पासे तो भी वीर हुणी राशन भी लैके आए ने, डीजल भी लैके आए ने। आपां उहनां दे नाल भी गलबात करदे आ क्योंकि पंजाब जदों पंजाब ते मुसीबत पैंदी है तां कोई होर सूब भावें आवे भावें ना आवे, जिवें पहलां भी कहा पर पंजाबी पंजाब दे नाल ने। लगातार ही आपां देख रहे हैं सेवावां चल रही ने, हर कोई अपना योगदान पा रहा है। सत श्री अकाल वीर जी। ये सारे मेरे भरा ने, तारपुर इन्हां दा पिंड है, फगवाड़े दे कोल है, ते ये लैके आए ने ट्राली दे विच राशन आ, ते उधर पिछले पासे डीजल है ते ब्रेड भी नाल। ते कमल भाई तो सारा आपां इन्हां दा समझणा पहलां भी किहड़ियां किहड़ियां चीज़ां लैके आए क्योंकि इन्हां दी ना सेवा मैं जन्नी एक हुण तक सेवावां वेखियां सारियां तो वक्खरियां है। काली दाल हो गई जी, छोलिया दी दले छोले दले मां पांच दाल आ जी। अच्छा, चौल आ जी, ठीक है, सरों दा तेल, ओके, हल्दी, मतलब काफी पर 5-7 किलो दा पैकेट है। हां जी, दो साबण सर्फ कपड़े धोने वाला साबण, अपने खंड ते नाल जिद्दां मसाले जान के एक पैकेट दे नाल 10 दिन हर टब्बर दे निकलूगा जी। सही। अच्छा, इहदे च फिर जिहड़ा सहयोग आया फंड आया उहदे बारे थोड़ी जानकारी दिओ जी, इहनां च दानी सज्जण हैगे। हां जी, इक साडे जी को इत्थों अपने पटोरी तों मनजिंदर सिंह सोता जी, अच्छा, उहनां ने 1,00,000 रुपया भेजिया सीगा जी। अच्छा, ते इधर मेरा भरा आया कमलदीप सिंह लखपुर तों, ਇਹਨਾਂ ਨੇ ਭਾਜੀ ਡੀਜ਼ਲ ਦੀ ਇਹਨਾਂ ਨੇ ਸਾਰੀ ਕੀਤੀ ਹੈ। ਅੱਛਾ, ਟੈਂਕਰ ਜਿਹੜਾ ਇਹਨਾਂ ਦਾ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਅਪੀਲ ਕਰ ਰਹੇ ਹਾਂ ਵੀ ਡੀਜ਼ਲ ਦੀਆਂ ਡੀਜ਼ਲ ਦੀ ਸੇਵਾ ਵੀ ਚਾਹੀਦੀ ਆ ਤੇ ਵੀਰ ਹੁਣੀ ਡੀਜ਼ਲ ਲੈ ਕੇ ਆਏ 500 ਲੀਟਰ ਦਾ ਲੈ ਕੇ ਆਂਦਾ ਜੀ ਅਸੀਂ। ਹਾਂਜੀ, ਕਿਉਂਕਿ ਮਸ਼ੀਨਰੀ ਚੱਲਦੀ ਆ, ਪੋਕਲੈਨ ਚੱਲ ਰਹੀ ਆ, ਟਰੈਕਟਰ ਚੱਲ ਰਹੇ ਨੇ। ਜਿੰਨੇ ਮੇਰੇ ਬ੍ਰਦਰ ਆ ਜਿਹਦਾ ਸਾਡੇ ਬਾਹਰ ਆ ਜੀ, 50,000 ਰੁਪਏ ਉਹਨਾਂ ਨੇ ਭੇਜਿਆ ਸੀ। ਅੱਛਾ, ਉਹ ਵੀ ਅਸੀਂ ਇਹਦੇ ਵਿੱਚ 1.5 ਲੱਖ ਦਾ ਹੀ ਰਾਸ਼ਨ ਲੈ ਕੇ ਆਂਦਾ ਜੀ, 50,000 ਦਾ ਡੀਜ਼ਲ ਲੈ ਕੇ ਆਂਦਾ ਜੀ। ਠੀਕ ਹੈ। ਹਾਂਜੀ, ਤੇ ਗਾਹਾਂ ਵਾਸਤੇ ਜਿਹੜਾ ਹੋਰ ਵੀ ਆ, ਜੇ ਕੋਈ ਮੰਨ ਲਓ ਕੋਈ ਜੀਰੀ ਦੀ ਲੋੜ ਆ ਜਾਂ ਮੰਨ ਲਓ ਮੁਰੇ ਹੁਣ ਪਨੀਰੀ ਦੀ ਲੋੜ ਪੈਣੀ ਆ, ਸਹੀ, ਉਹ ਵੀ ਅਸੀਂ ਇੱਥੇ ਪੁੱਛ ਕੇ ਜਾਵਾਂਗੇ ਤਾਂ ਉਹ ਵੀ ਨਾਲ ਫੇਰ ਲੈ ਕੇ ਆਵਾਂਗੇ। ਠੀਕ ਆ ਜੀ, ਹਾਂਜੀ, ਚੱਲੀਏ ਫਿਰ ਵਧੀਆ ਅੱਗੇ ਨੂੰ ਜੀ। ਹਾਂਜੀ ਭਾਜੀ, ਹਾਂਜੀ ਹਾਂਜੀ, ਚੱਲੀਏ ਜੀ। ਹਾਂਜੀ, ਆ ਜਾਓ ਜੀ, ਨਾਲ ਚੱਲਦੇ ਇਹਨਾਂ ਦੇ। ਠੀਕ ਆ ਜੀ, ਪਹੁੰਚਦੇ ਪਿੰਡਾਂ 'ਚ, ਚਲੋ। ਅਸੀਂ ਨਾ ਮਹਿਰਾਜਵਾਲ ਪਿੰਡ ਦੇ ਲੱਗ ਗਏ ਹਾਂ ਅਤੇ ਇੱਧਰ ਸਾਈਡ ਨੂੰ ਜਿੱਦਾਂ ਡੇਰੇ ਆ ਉੱਧਰ ਵੰਡਣ ਚੱਲੇ ਕਿਉਂਕਿ ਮੇਨ ਸੜਕਾਂ ਤੋਂ ਸਾਰੀਆਂ ਟਰਾਲੀਆਂ ਤਕਰੀਬਨ ਲੰਘ ਕੇ ਜਾਂਦੀਆਂ ਬੰਨ ਉੱਪਰ ਦੀ, ਪਰ ਜਿਹੜੇ ਇੱਦਾਂ ਹਟਵੇਂ ਬੈਠੇ ਆ ਉਹਨਾਂ ਲਈ ਪ੍ਰੋਬਲਮ ਹੁੰਦੀ, ਉਹਨਾਂ ਤੱਕ ਚੀਜ਼ਾਂ ਨਹੀਂ ਪਹੁੰਚਦੀਆਂ। ਸੋ ਤਾਂ ਕਰਕੇ ਅਸੀਂ ਸੋਚਿਆ ਵੀ ਵਿਚਲੇ ਪਾਸੇ ਚੱਲਦੇ ਹਾਂ ਜਿਹੜੇ ਰੀਚ ਤੋਂ ਬਾਹਰ ਆ ਜਿੱਥੇ ਕੋਈ ਜਾਂਦਾ ਨਹੀਂ। ਇੱਧਰਲੇ ਘਰ ਭਾਵੇਂ ਵੇਖਣ ਨੂੰ ਬਹੁਤ ਵਧੀਆ ਲੱਗ ਰਹੇ ਨੇ ਪਰ ਇੱਥੋਂ ਤੱਕ ਇਸੇ ਕਰਕੇ ਲੋਕ ਵੇਖ ਕੇ ਮੁੜ ਜਾਂਦੇ ਆ। ਬਿਲਕੁਲ, ਇਹਨਾਂ ਘਰਾਂ 'ਚ ਵੀ ਰਾਸ਼ਨ ਦੇ ਕੇ ਚੱਲੇ ਕਿਉਂਕਿ ਇੱਧਰ ਲੱਗਦਾ ਨਹੀਂ ਵੀ ਕਦੀ ਕੋਈ ਆਇਆ ਹੋਣਾ, ਲੀਹਾਂ ਵੀ ਨਹੀਂ ਲੱਗੀਆਂ ਸੀਗੀਆਂ, ਇੱਧਰੋਂ ਸਾਰੇ ਵੰਡ ਕੇ ਹੁਣ ਵਾਪਸ ਹੀ ਕਰ ਲਈਏ ਆਪਾਂ। ਇਹਨਾਂ ਡੇਰਿਆਂ 'ਤੇ 4-5 ਘਰ ਇੱਧਰਲੇ ਪਾਸੇ ਸੀਗੇ ਅਤੇ ਇੱਧਰ ਵੀ ਆਪਾਂ ਸਮਾਨ ਵੰਡਿਆ ਦਾ, ਅਤੇ ਇੱਧਰ ਮੋਰਲੇ ਪਾਸੇ 2 ਘਰ ਆਹ ਵਾਲੇ ਸੀ ਅਤੇ ਇੱਥੇ ਵੀ ਇੱਧਰ ਨੂੰ ਆਉਂਦਿਆਂ ਵੰਡਤਾ ਸੀ ਅਤੇ ਹੁਣ ਮੇਨ ਰੋਡ ਵੱਲ ਚੱਲਦੇ ਹਾਂ। ਉਹਨਾਂ ਡੇਰਿਆਂ 'ਚੋਂ ਆਪਾਂ ਆ ਗਏ ਹਾਂ ਬਾਹਰ, ਅਤੇ ਹੁਣ ਜਿੱਦਾਂ ਆਹ ਇੱਧਰਲੇ ਪਾਸੇ ਵੀ ਡੇਰੇ ਨੇ ਜ਼ਿਮੀਂਦਾਰਾਂ ਦੇ, ਇਹਨਾਂ 'ਤੇ ਵੀ ਤਾਂ ਮਾਰ ਉੱਨੀ ਪਈ, ਇਸੇ ਕਰਕੇ ਫਿਰ ਅਸੀਂ ਜ਼ਿਆਦਾ ਤਕਰੀਬਨ ਇੱਧਰ ਵੰਡ ਰਹੇ ਕਿਉਂਕਿ ਇੱਧਰ ਟਰਾਲੀਆਂ ਬਹੁਤ ਘੱਟ ਆਉਂਦੀਆਂ ਅਤੇ ਹੁਣ ਅਸੀਂ ਇਹਨਾਂ ਡੇਰਿਆਂ ਵਾਲੇ ਪਾਸੇ ਚੱਲੇ ਹਾਂ। ਟਰੈਕਟਰ ਟਰਾਲੀਆਂ ਇੱਥੇ ਆਪਾਂ ਰੋਕਤੀਆਂ ਕਿਉਂਕਿ ਨਾ ਰਾਹ ਥੋੜ੍ਹਾ ਜਿਹਾ ਉਵੇਂ ਦਾ, ਅਤੇ ਹੱਥੀਂ ਹੀ ਇਹ ਬੋਰੇ ਹੱਥੀਂ ਹੀ ਇਹ ਲਿਫਾਫੇ ਲੈ ਕੇ ਜਾਣੇ ਨੇ, ਅਤੇ 8-10 ਲਿਫਾਫੇ ਲੈ ਚੱਲਦੇ ਕਿਉਂਕਿ ਇੰਨੇ ਕੁ ਘਰ ਹੈਗੇ ਆ ਇੱਧਰ ਡੇਰਿਆਂ ਦੇ ਉੱਤੇ। ਅਤੇ ਆਹ ਡੀਜ਼ਲ ਦਾ ਟੈਂਕਰ ਜਿਹੜਾ ਉੱਥੇ ਸੇਵਾ 'ਚ ਦੇਣਾ ਜਿੱਥੇ ਬੰਨ ਲੱਗ ਰਿਹਾ। ਪਹੁੰਚ ਗਏ ਉਸ ਜੰਕਸ਼ਨ 'ਤੇ ਜਿੱਥੋਂ ਰਾਹ ਨਿਖੜਦੇ ਸਾਰੇ ਘਰਾਂ ਨੂੰ ਡੇਰਿਆਂ ਨੂੰ। ਆਹ ਕਮਲ ਬਾਈ ਹੁਣ ਇੱਧਰ ਚੱਲੇ ਆ, ਆਹ ਵਾਲੇ ਘਰ ਦੇ ਵਿੱਚ ਫੜਾ ਕੇ ਆਉਣਗੇ, ਅਤੇ ਬਾਕੀ ਇੱਧਰ ਵੀ ਹੈਗੇ ਘਰ। ਆਹ ਮੈਨੂੰ ਲੱਗਦਾ ਆਹ ਵਾਲੇ ਘਰ ਨੂੰ ਰਾਹ ਪਰਲੇ ਪਾਸੇ ਆਉਂਦਾ ਕਿਤੇ ਉਹ, ਬਸ ਆਹ ਘਰ ਇੱਧਰ ਵੀ 3-4 ਘਰ ਹੈਗੇ। ਹਾਂ, 4 ਘਰ ਲੈ ਜਾਓ ਇੱਧਰ ਵੀ, ਅਤੇ ਇੱਧਰ ਵੀ 3 ਘਰ। ਆਪਾਂ ਇੱਧਰ ਚੱਲਦੇ ਹਾਂ, ਆਹ ਵਾਲੇ ਘਰ ਵਾਲੇ ਕਹਿੰਦੇ ਹੈ ਨਹੀਂ ਗੇ ਚਾਬੀ, ਉਹ ਵਾਲੇ ਘਰ ਉੱਧਰੋਂ ਆਵਾਜ਼ ਪੈ ਗਈ ਆ ਵੀ ਇਹ ਹੈ ਨਹੀਂ ਕਿਉਂਕਿ ਕਮਲ ਬਾਈ ਹੁਣੀ ਉੱਧਰਲੇ ਪਾਸੇ ਗਏ ਪਏ ਆ, ਅਤੇ ਇਹ ਇੱਧਰੋਂ ਮੁੜਿਆ ਏ, ਇੱਧਰ ਮੋਹਰੇ ਵੀ ਹੈਗੇ ਆ।
क्योंकि राह कच्चा है तो पानी इतों अज भलक च उतरिया तो वैसे भी ट्रालियाँ इधर बहुत घट आ रिस्क लेंदा नहीं कोई आने ली तो एक वैसे कहना नहीं चाहिए पर जो आडे मकान वेख लेंदा ना कोई कोठियाँ ज पक्के घर उदो फिर अवॉइड करते भी कहें चलो आप उधर बन वाले पास चल चलीए बन ओ सामने तुम बन भी दिख रहा होना तो ठीक है बन तो भी बहुत लड़ींदे लोग बैठे आ तो पर बहुत पिछले दिनों ना बहुत वड्डी मात्रा च क्योंकि असी तो इतने रह रहे हैं असी देख रहे हैं बहुत ज़्यादा समान आ रहा तो करके फिर सानू सीगा भी असी जिहड़े मतलब असी हरेक नीडी बंदे नू चाहे अमीर आ चाहे गरीब आ जिहड़ा नीडी उहनू देख ही जाना सो असी तां करके फिर सीगा भी हल्ले समान तो बहुत ज़्यादा तो इन्हां डेरियां दे विच्चों भी इन्हां घरां दे विच्चों भी देख जाना दिया दा समान हो गया किन्ने घर सीगे इधर एक ही सीगा ठीक है ओ हुण अपने वीर हुणी इधरले पासे भी गए पे क्योंकि तीन चार घर इधरले पासे भी लगते हैं वेखते हैं भी किन्ने घर है कुल अपने इधर जिन्ने आप कवर किए ये तीन घर सके एक आ वाला एक आ जड़ा ये है नहीं गए पे तो एक आ जड़ा घर भैन जी ये जड़े महाराज वाले च पेंदे ये घर ठीक है जी ठीक है अच्छा वो अगले जानिया चे ने फिर इधर ताडे वाले पासे आउंदियां ट्रालियां ट्रुलियां कि नहीं जी नहीं आउंदा इधर नहीं आउंदा ना हाँ नहीं असी ताइयों असी इन्हां सारयां नूं लैके आए भी आपां इधरले पासे भी जाके आउणा इधरले पासे कमल भरा होणा दा फोन आया भी कहिंदे नुकसान होया इन्हां दा काफी अच्छा पर कंध सी डैपी क्योंकि पानी इतने मैं लगता भी राशन लेके नहीं आता मोम सीधे बन से चल जाते हैं बंद नहीं इदा जाके अगला मंग सकता ले सही गल क्योंकि पूरी धक्क वजी पानी दे पूरी की पूरी सीधी एक मिनट मैं आ रहा डिग भी है आ रहा मैं ये पूरी घर की इधरले पास्यों की बाउंड्री सी इन्हों की क्योंकि पानी जो इधरों एंटर होया होगा तो इधर नू आउट भी होना सी तो धक्क के लै गया सारा कुछ पूरी की पूरी इधर की पानी निकलता होना ना जो इधरों इधरों आया तो इधर नू पानी निकल गया बिल्कुल पानी कितना तेज होना ना बिल्कुल किड्डी तगड़ी धक्क मारी है अच्छा इतने पानी कितना क लगा सीगा जी आके केड़ा निशान है इतने फिर भी इतों तक लग गया सी ना आ वाला इन्ना इन्ना पानी सी हाले का इन्ना दे ना दरिया दे कंडे बैठे है ते घर काफी उच्चे आ भरत भी पाई है 5 5 फुट भरती भी हैगी है उच्चा होने दे बावजूद भी इन्ना ज्यादा पानी आ पानी आ गया क्योंकि पानी दी मार मतलब कुदरती कोई भी मार आ बड़ी खतरनाक हुंदी है इन्ना दे इन्ना घर दे विच असीं आए आ ते ए हुण जी बिल्कुल बिल्कुल पानी भी नहीं इधर पक्के घर आ इधर भी मेरा वीर जरूर गेड़ा कढ के जाया करो इन्हां नूं पानी दी भी लोड़ आ पानी क्योंकि साडे कोल असीं पानी नहीं सिर्फ राशन लैके आए आ दूसरी गल भी इन्हां दे डंगरां लई भी इन्हां नूं भी चाहीदा तो डंगर भी चारा जरूर साइलेज हो फिर दूसरे पट्ठे वो भी जरूर इन्होंने डेरिया तो भी होकर जाया करो यार इन सारे डेरिया तो तकरीबन 5-6 घर से जोड़े डेरिया तो आप हूँ राशन वंड के आए हैं तो सारा वंडिया का हाले भी पैकेट कुछ क्योंकि इन्हों सिर्फ जिनी क लोड़ आ उस हिसाब न एक एक लिफाफा फड़िया उन्होंने तो आला दुआला देखो इधरला तो पूरा डुबिया पाया इधरले पास्यों फसल दिख रही है झोने की तो चिट्टावां टावां बूटा बचा बाकी सारा ही सड़ गया क्योंकि पानी जिथे 3-4 दिन खड़ा रह जाए वो फिर मरी जाता झोना जो बूटा नंगा नहीं है तो इतने तो तकरीबन हफ्ता हफ्ता पानी रहा औखा हुण दोबारा फिर झोने लाने पैने तो पनीरिया वाले भी जरूर ध्यान देन भी इस एरिए दे विच बड़ी वड्डी लोड़ आ पनीरिया की हुण असीं बिल्कुल बन दे उपर आ गए हैं इधरला पासा सतलुज दरिया का हिस्सा इधरले पासे नूं पिंड दे ते चक्क बनाला पिंड आ जिहदी असीं हुण हाथ दे विच फिर रहे आ चक्क बनाला पिंड चों असीं राशन वंड के अगे निकल आए हां ते इधरला पासा दरिया सतलुज दा ते सतलुज जदों आपां पिछले दिनां च आए सी तुसीं 3-4 दिन पुरानियां वीडियो देखियां आउणियां तां उदों पाणी इत्थों तक सीगा
ਤੇ ਹੁਣ ਸਤਲੁਜ ਬਿਲਕੁਲ ਪਿੱਛੇ ਚਲਾ ਗਿਆ ਜਿੱਥੇ ਇਹਦਾ ਅਸਲੀ ਵਹਿਣ ਆ, ਵਾਪਸ ਚਲਾ ਗਿਆ ਹੁਣ ਸਤਲੁਜ। ਤੇ ਅਗਲੇ ਪਾਸੇ ਪਿੰਡ ਆਉਣੇ ਆ ਤੇ ਜਿੱਧਰ ਮੇਨ ਬੰਨ ਟੁੱਟਾ ਆਪਾਂ ਹੁਣ ਉਸ ਪਾਸੇ ਵੱਧ ਰਹੇ ਹਾਂ। ਸਤਲੁਜ ਜਿਹੜੇ ਜਿਹੜੇ ਖੇਤਾਂ 'ਚੋਂ ਲੰਘ ਕੇ ਗਿਆ ਬਹੁਤ ਜ਼ਿਆਦਾ ਮਿੱਟੀ ਜਾਂ ਰੇਤਾ ਵਿਛਾ ਗਿਆ ਅਤੇ ਆਹ ਪੋਕਲੈਨ ਚੱਲ ਰਹੀਆਂ ਟਰੈਕਟਰ ਟਰਾਲੀਆਂ ਖੜੀਆਂ ਅਤੇ ਇੱਥੋਂ ਮਿੱਟੀ ਭਰ ਭਰ ਕੇ ਬੰਨ ਦੇ ਉੱਤੇ ਪਾਈ ਜਾ ਰਹੀ ਹੈ ਕਿਉਂ ਮੋਹਰਿਓਂ ਵੀ ਟਰੈਕਟਰ ਟਰਾਲੀ ਆ ਰਿਹਾ ਮਿੱਟੀ ਲੈਣ ਵਾਸਤੇ। ਜਿੱਥੋਂ ਕੁ ਬੰਨ 'ਚ ਪਾੜ ਪਿਆ ਇੱਧਰਲੇ ਪਾਸੇ ਗੱਟਾ ਮੁੰਡੀ ਕਾਸੂ ਪਿੰਡ ਆ ਅਤੇ ਨਾਲ ਹੀ ਧੱਕਾ ਬਸਤੀ ਵੀ ਆ ਅਤੇ ਹੜ੍ਹ ਦੇ ਵਿੱਚ ਇਹ ਸਾਰਾ ਪਿੰਡ ਤਕਰੀਬਨ ਧੱਕਾ ਬਸਤੀ ਰੁੜ ਗਿਆ ਅਤੇ ਵੀਰ ਜਿਹੜਾ ਕਿਸ਼ਤੀ 'ਤੇ ਆ ਰਿਹਾ ਉੱਧਰ ਹੁਣ ਆਪਾਂ ਕਿਸ਼ਤੀ ਦੇ ਵਿੱਚ ਹੀ ਆਹ ਰਾਸ਼ਨ ਰੱਖ ਕੇ ਲੈ ਕੇ ਜਾਣਾ ਅਤੇ ਉੱਧਰਲੇ ਘਰਾਂ ਦੇ ਵਿੱਚ ਦੇ ਕੇ ਆਉਣਾ। 5-6 ਘਰ ਹੈਗੇ ਆ ਕਹਿੰਦੇ ਉੱਧਰਲੇ ਪਾਸੇ। ਆ ਗਿਆ ਵੀਰ ਕਿਸ਼ਤੀ ਲੈ ਕੇ ਅਤੇ ਕਮਲ ਵੀਰ ਹੋਣੀ ਵੀ ਲੋਡ ਕਰ ਰਿਹਾ ਸਮਾਨ ਸਾਰਾ ਅਤੇ ਚੱਲਦੇ ਹਾਂ ਫਿਰ ਹੁਣ ਆਪਾਂ ਉੱਧਰਲੇ ਪਾਸੇ ਨੂੰ। ਤੁਰ ਪਏ ਆਪਾਂ ਤਾਂ ਦੇਖੋ ਬੰਨ ਦੇ ਉੱਤੇ ਕਿੰਨੀ ਮਸ਼ੀਨਰੀ ਖੜ੍ਹੀ ਹੈ, ਸਾਰੇ ਸੇਵਾ ਲਈ ਹੀ ਆਏ ਪਏ ਆ ਅਤੇ ਆਹ ਜਿਹੜੇ ਏਰੀਏ 'ਚ ਆਪਾਂ ਚੱਲੇ ਹਾਂ ਤੁਸੀਂ ਵੇਖ ਸਕਦੇ ਹੋ ਵੀ ਆਲੇ ਦੁਆਲੇ ਪਾਣੀ ਪਾਣੀ ਆ ਅਤੇ ਇਹੀ ਏਰੀਆ ਹੁਣ ਪਾਣੀ ਦੇ ਵਿੱਚ ਡੁੱਬਿਆ ਪਿਆ, ਬਾਕੀ ਤਕਰੀਬਨ ਸਾਰੇ ਹਿੱਸਿਆਂ 'ਚੋਂ ਪਾਣੀ ਨਿਕਲ ਚੁੱਕਿਆ। ਇੱਥੇ ਹਾਲੇ 6-10 ਫੁੱਟ ਤੱਕ ਪਾਣੀ ਹੈ। ਇੱਕ ਇੱਕ ਕਰਕੇ ਸਾਰੀ ਸੇਵਾ ਵਾਲੀ ਆਪਣੀ ਟੀਮ ਉੱਤਰ ਆਈ ਆ ਬੋਟ 'ਚੋਂ ਅਤੇ ਨਾਲ ਦੀ ਨਾਲ ਹੁਣ ਜਿਹੜੇ ਲਿਫਾਫੇ ਭਰ ਕੇ ਲਿਆਉਂਦੇ ਰਾਸ਼ਨ ਵਾਲੇ ਇਹ ਵੀ ਲਾ ਲਏ। ਹੁਣ ਆਹ ਵਾਲੇ ਘਰ ਨੇ ਇੱਧਰ ਆਪਾਂ ਜਾਣਾ ਅਤੇ ਸਾਰੀ ਕਨੈਕਟੀਵਿਟੀ ਜਿਵੇਂ ਦੱਸਿਆ ਵੀ ਟੁੱਟੀ ਪਈ ਇਹਨਾਂ ਦੀ ਉਹ ਬੰਨ ਭਾਅ ਜੀ ਵੈਸੇ ਉਹ ਬੰਨ ਤੋਂ ਰਾਹ ਆਉਂਦਾ ਵੀਰੇ ਤੁਹਾਡੇ ਘਰਾਂ ਨੂੰ ਇੱਧਰ? ਅੱਛਾ ਜਿਹੜੇ ਘਰਾਂ ਚ ਜਾਣਾ ਪਹੁੰਚ ਗਏ ਘਰੇ। ਵੇਖੋ ਉਂਝ ਤਾਂ ਗੱਡੀ ਖੜੀ ਪਰ ਸਾਰਾ ਰਾਹ ਰੁੜਿਆ ਪਿਆ। ਸਤਿ ਸ਼੍ਰੀ ਅਕਾਲ ਜੀ। ਉੱਪਰ ਹੀ ਰਹਿ ਰਹੇ ਕਿਉਂਕਿ ਪਾਣੀ ਇੱਥੋਂ ਤੱਕ ਇਹਨਾਂ ਦਾ ਦੇਖੋ ਨਿਸ਼ਾਨ ਲੱਗਾ। ਚਲੋ ਆ ਜਾਓ ਉੱਪਰ ਚੱਲਦੇ ਹਾਂ। ਦੇਖੋ ਸਾਰੇ ਘਰ ਛੱਤਾਂ ਦੇ ਉੱਤੇ ਆਏ ਪਏ ਆ, ਇੱਧਰ ਵੀ ਛੱਤਾਂ 'ਤੇ ਡੇਰੇ ਲੱਗੇ ਨੇ ਕਿਉਂਕਿ ਬੰਨ ਤਾਂ ਉਹ ਪਰਲੇ ਪਾਸੇ ਬੰਨ ਤਾਂ ਬਾਅਦ 'ਚ ਟੁੱਟਾ ਪਰ ਇੱਧਰ ਪਾਣੀ ਬਾਈ ਕਦੋਂ ਭਰ ਗਿਆ ਸੀ ਇੱਧਰ ਪਾਣੀ ਸਾਰਾ? ਇੱਧਰ ਵੀਰ ਜੀ 10 ਤਰੀਕ ਨੂੰ 6 ਵਜੇ ਸ਼ਾਮ ਨੂੰ ਉਹ ਬੰਨ ਟੁੱਟਿਆ ਉਹ ਜਿਹੜਾ ਉੱਧਰ। ਅੱਛਾ ਉਹ ਟੁੱਟ ਕੇ ਤੇ ਇੱਧਰ ਨੂੰ ਪਾਣੀ ਆਇਆ ਆ, ਫਿਰ 1:30-2 ਵਜੇ ਤੱਕ ਇੱਥੇ ਪਾਣੀ ਭਰਦਾ ਰਿਹਾ। ਅੱਛਾ ਰਾਤ ਨੂੰ? ਹਾਂਜੀ 2:30 ਵਜੇ ਉੱਥੋਂ ਬੰਨ ਟੁੱਟਿਆ ਤੇ ਜਦੋਂ ਮਤਲਬ ਪਾਣੀ ਭਰਿਆ ਉਹ ਘਰਾਂ ਦੇ ਨਿਸ਼ਾਨੀ ਲੱਗੀ ਹੋਈ ਆ, ਉਹ ਉੱਧਰ ਸ਼ੈੱਡ ਤੇ ਵੀ ਤੂੜੀ ਲੱਗੀ ਹੋਈ ਜਿੱਥੇ ਜਿੱਥੇ ਤੱਕ ਪਾਣੀ ਚੜਿਆ ਰਿਹਾ, ਮਤਲਬ ਕਿ ਮੇਰੇ ਸਿਰ ਦੇ ਉੱਪਰ ਦੀ ਸੀ ਪਾਣੀ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਜਦੋਂ ਉਧਰ ਨੂੰ ਬੰਨ ਟੁੱਟਿਆ ਫਿਰ ਥੋੜਾ ਥੱਲੇ ਹੋਇਆ ਪਾਣੀ। ਸਹੀ, ਕਿਉਂਕਿ ਉਹ ਬੰਨ ਕਰਕੇ ਹਟੇ ਆ। ਬੰਨ ਟੁੱਟਣ ਤੋਂ ਤਾਂ ਕਾਫੀ ਚਿਰ ਪਹਿਲਾਂ ਹੀ ਇਧਰ ਪਾਣੀ ਭਰ ਗਿਆ ਸੀ ਨਾ? ਹਾਂਜੀ ਹਾਂਜੀ ਬਿਲਕੁਲ ਬਿਲਕੁਲ 6 ਵਜੇ ਇਧਰ ਨੂੰ ਟੁੱਟ ਗਿਆ ਪਾਣੀ, ਫਿਰ 2:30 ਵਜੇ ਰਾਤ ਨੂੰ ਉਹ ਟੁੱਟਿਆ, ਉਧਰ ਟੁੱਟਿਆ। ਹਾਂਜੀ ਸਹੀ। ਅੱਛਾ ਪਿਛਲੇ ਹੜਾਂ ਦੀ ਵੀ ਇਸੇ ਤਰ੍ਹਾਂ ਹੀ ਮਾਰ ਹੁੰਦੀ ਰਹੀ ਇੱਥੇ? ਹਾਂਜੀ ਪਿਛਲੇ ਹੜਾਂ ਦੀ ਵੀ ਮਾਰ ਇੱਥੇ ਹੋਈ ਆ, ਬਿਲਕੁਲ ਹੋਈ ਆ, ਪਰ ਉਦੋਂ ਜਿਹੜਾ ਨੁਕਸਾਨ ਉਦੋਂ ਇੰਨਾ ਜ਼ਿਆਦਾ ਨਹੀਂ ਹੋਇਆ ਸੀਗਾ, ਉਦੋਂ ਪਾਣੀ ਘੱਟ ਸੀਗਾ। ਐਰਗੀ ਤਾਂ ਸਰਕਾਰ ਨੇ ਇੱਕ ਹਿਸਾਬ ਦਾ ਕਹਿ ਲਓ ਵੀ ਗੁੰਮਰਾਹ ਕੀਤਾ ਆ ਵੀ 1,80,000 ਕਿਊਸਿਕ ਦੀ ਆਵਾਜ਼ ਦਿੱਤੀ ਵੀ ਇੰਨਾ ਪਾਣੀ ਆਉਣਾ ਆ, 4.5 ਲੱਖ ਕਿਊਸਿਕ ਛੱਡਿਆ ਆ ਕਿਉਂਕਿ 2 ਲੱਖ ਦੀ ਕਪੈਸਿਟੀ ਜਿਹੜੀ ਦਰਿਆ ਚੱਲਦਾ, 4.5 ਲੱਖ ਹੁਣ ਫਿਰ ਕਿੱਥੋਂ ਦਰਿਆ ਨੇ ਚੱਲਦੀ ਸੀ? ਆਹ ਬੰਨ ਦੇ ਉੱਪਰ ਦੀ ਪਾਣੀ ਵਗਦਾ ਰਿਹਾ ਜਦੋਂ ਪਾਣੀ ਇੱਧਰ ਭਰ ਗਿਆ ਪੂਰਾ, ਫੇਰ ਹੀ ਟੁੱਟਾ ਉਹ ਬਾਅਦ 'ਚ, ਫੇਰ ਟੁੱਟਿਆ ਜੀ ਖੁਰ ਖੁਰ ਕੇ ਹੌਲੀ ਹੌਲੀ। ਹਾਂਜੀ ਬਿਲਕੁਲ। ਘਰ ਦੀ ਭਰਤੀ 2019 ਦੇ ਹੜ੍ਹ ਨਾਲੋਂ 1.5 ਫੁੱਟ ਉੱਚੀ ਕੀਤੀ ਆ। ਅੱਛਾ ਉਹਦੇ ਹਿਸਾਬ ਨਾਲ ਤੁਸੀਂ ਵੇਖ ਕੇ ਲਾ ਲਿਆ ਵੀ ਪਾਣੀ ਇੰਨਾ ਕੁ ਆਉਂਦਾ? ਹਾਂਜੀ ਤੇ ਫਿਰ ਵੀ ਅੰਦਰਾਂ ਦੇ ਵਿੱਚ 2.5-2.5 ਫੁੱਟ ਪਾਣੀ ਵੜ ਗਿਆ। 3.5 ਫੁੱਟ ਉਹਦੇ ਨਾਲ ਪਾਣੀ ਵੜ ਗਿਆ ਜੀ। ਮਤਲਬ 19 ਨਾਲੋਂ ਵੱਡਾ ਹੜ੍ਹ ਸੀ ਇਹ? ਹਾਂਜੀ ਹਾਂਜੀ ਬਿਲਕੁਲ। ਦੇਖੋ ਦਾਣੇ ਸੁੱਕਣੇ ਪਾਏ, ਉਂਝ ਤਾਂ ਆਪਾਂ ਜਦੋਂ ਕਿਤੇ ਡਰੰਮਾਂ 'ਚ ਪਾਉਣੇ ਹੁੰਦੇ ਉਦੋਂ ਸੁੱਕਣੇ ਪਾਈਦੇ, ਪਰ ਇਹ ਗਿੱਲੇ ਹੋ ਗਏ ਤਾਂ ਪਾਏ ਹੋਏ ਆ ਤੇ ਉਹ ਸਾਹਮਣੇ ਵੀ ਦੇਖੋ ਛੱਤਾਂ ਤੇ ਸਮਾਨ ਪਿਆ ਹੋਇਆ ਸਾਰਾ। ਹਾਲੇ ਭਾਵੇਂ ਹਫ਼ਤੇ ਤੋਂ ਉੱਪਰ ਦਾ ਟਾਈਮ ਹੋ ਗਿਆ ਆ ਜੀ, ਪਰ ਹਾਲੇ ਉੱਪਰ ਹੀ ਬੈਠੇ ਆ ਕਿਉਂ ਕਹਿੰਦੇ ਹਲੇ ਅੱਜ ਹੀ ਸਫਾਈ ਕਰਕੇ ਹਟੇ, ਕੋਈ ਭਰੋਸਾ ਨਹੀਂ ਕਹਿੰਦੇ। ਬਿਲਕੁਲ ਪਿਛਲੀ ਵਾਰ ਨਾਲੋਂ ਵੀ ਉੱਚੇ ਸੀਗੇ ਮਕਾਨ, ਫਿਰ ਵੀ ਪਾਣੀ ਆ ਗਿਆ ਤੇ ਆ ਗਿਆ। ਬਿਲਕੁਲ ਇੱਧਰ ਸਾਹਮਣੇ ਉਹ ਬੰਨ ਵੀ ਦਿਖਣ ਲੱਗ ਗਿਆ ਜਿੱਥੇ ਸੇਵਾ ਚੱਲ ਰਹੀ ਆ, ਉੱਧਰ ਵੀ ਆਪਾਂ ਹੁਣ ਇੱਧਰੋਂ ਉੱਧਰਲੇ ਪਾਸੇ ਹੀ ਜਾਣਾ ਬਾਅਦ 'ਚ। ਦੇਤਾ ਵੀ ਰਾਸ਼ਨ ਆਪਾਂ ਇੱਥੇ ਅਤੇ ਚਲੋ ਵੀਰ ਜੀ ਫਿਰ ਛੱਡ ਗਿਆ ਵਾ ਸਾਨੂੰ, ਆ ਜਾਓ ਚਲੋ ਜੀ ਚੱਲੀਏ। ਬੜੀ ਬੁਰੀ ਆ ਹੜ੍ਹ ਦੀ ਮਾਰ ਵੀ, ਅੱਜ ਹੀ ਸਫਾਈਆਂ ਸਫੂਈਆਂ ਚੱਲ ਰਹੀਆਂ ਹੁਣ।
ਹੁਣ ਤਾਂ ਇੱਕ ਤਰ੍ਹਾਂ ਇਹ ਇੰਜ ਬਣ ਗਿਆ ਵੀ ਜਿਵੇਂ ਟਾਪੂ 'ਤੇ ਰਹਿੰਦੇ ਹੁੰਦੇ, ਕਿਉਂਕਿ ਆਲੇ ਦੁਆਲੇ ਪੂਰਾ ਪਾਣੀ ਨਾਲ ਘਿਰਿਆ ਪਿਆ, ਰਾਹ ਰੂਹ ਸਾਰੇ ਰੁੜ ਗਏ ਆ। ਅਤੇ ਹੁਣ ਹੌਲੀ ਹੌਲੀ ਉਹ ਤਾਂ ਮੈਨੂੰ ਲੱਗਦਾ ਜਿਹੜਾ ਤੁਹਾਡੇ ਬਾਈ ਘਰ ਨੂੰ ਰਾਹ ਆਉਂਦਾ ਉਹ ਵੀ ਬੰਨਣਾ ਪੈਣਾ ਨਾ ਸਾਰੀ ਨੋਚ। ਹਾਂਜੀ ਹਾਂਜੀ ਬੰਨਣੀ ਪੈਣੀ ਆ। ਪਿਛਲੀ ਵਾਰ ਵੀ ਅਸੀਂ ਆਪ ਹੀ ਉਹ ਬਣਾਇਆ ਸੀਗਾ ਰਾਹ। ਅੱਛਾ, ਸਰਕਾਰ ਨੇ ਨਹੀਂ ਬਣਾ ਕੇ ਦਿੱਤਾ, ਅਸੀਂ ਕਿਹਾ ਵੀ ਚਲੋ ਅਸੀਂ ਨਾਲ ਮਿੱਟੀ ਖਿੱਚ ਲੈਂਦੇ ਹਾਂ ਆਪਦੇ ਟਰੈਕਟਰ ਲਾ ਕੇ। ਅੱਛਾ, ਜਦੋਂ ਬੰਨ 'ਤੇ ਪਾਉਂਦੇ ਪਏ ਅਸੀਂ ਮਿੱਟੀ, ਕਹਿੰਦੇ ਨਹੀਂ ਸਰਕਾਰੀ ਮਿੱਟੀ ਨਹੀਂ ਖਿੱਚਣ ਦੇਣੀ, ਫਿਰ ਸਾਨੂੰ ਆਪ ਨੂੰ ਬਣਾਉਣਾ ਪਿਆ ਸੀ ਮਿੱਟੀ ਇੱਥੋਂ ਮੁੱਲ ਲੈ ਕੇ। ਅੱਛਾ, ਫਿਰ ਅਸੀਂ ਆਪ ਬਣਾਇਆ ਸੀਗਾ ਰਸਤਾ। ਓਕੇ ਹਾਂਜੀ, ਅਤੇ ਇਸ ਵਾਰ ਵੀ ਲੱਗਦਾ ਸ਼ਾਇਦ ਆਪ ਨੂੰ ਬਣਾਉਣਾ ਪਊਣਾ। ਉੱਥੋਂ ਪਾਣੀ ਫਿਰ ਉੱਪਰ ਨੂੰ ਚੜ੍ਹਨ ਲੱਗ ਗਿਆ। ਅੱਛਾ, ਲੈਵਲ ਵੱਧ ਰਿਹਾ ਵਾ। ਹਾਂਜੀ, ਆਹ ਸੁੱਕ ਗਿਆ ਸੀਗਾ ਪਾਣੀ। ਓਕੇ, ਆਹ ਪੈਲੀ ਨੂੰ ਫਿਰ ਪੈਣ ਲੱਗ ਗਿਆ ਉੱਥੋਂ ਪਾਣੀ, ਮਤਲਬ ਪਿੱਛੋਂ ਪਾਣੀ ਆ ਰਿਹਾ ਫਿਰ। ਹਾਂਜੀ, ਕਿਉਂਕਿ ਬਾਰਿਸ਼ਾਂ ਵੀ ਹੋ ਰਹੀਆਂ, ਮੌਸਮ ਵੀ ਉਂਝ ਦਾ ਬਣਿਆ ਪਿਆ। ਹੈਲੋ, ਅਤੇ ਆਪਾਂ ਫਿਰ ਬੇੜੀ ਤੱਕ ਪਹੁੰਚ ਗਏ ਹਾਂ। ਅਤੇ ਚਲੋ ਜੀ, ਬੈਠੀਏ ਸਾਰੇ। ਉੱਤਰ ਆਈ ਮੁੜ ਸਾਰੀ ਸੰਗਤ ਬੰਨ 'ਤੇ, ਅਤੇ ਹੁਣ ਆਪਾਂ ਬੰਨ 'ਤੇ ਚੱਲਦੇ ਮੂਹਰੇ, ਡੀਜ਼ਲ ਦਾ ਟੈਂਕਰ ਉੱਥੇ ਉਹਦੀ ਸੇਵਾ ਕਰ ਆਈਏ। ਇੱਧਰਲੇ ਪਾਸੇ ਕਾਫੀ ਮਸ਼ੀਨਰੀ ਚੱਲ ਰਹੀ ਆ, ਜੇ ਸੀ ਬੀਜ਼ ਖੜੀਆਂ, ਉਹ ਪੌਕਲੈਨ ਖੜੀ ਆ। ਥੋੜ੍ਹਾ ਜਿਹਾ ਹੁਣ ਕੰਮ ਸ਼ਾਂਤ ਕੀਤਾ। ਇੱਧਰ ਭੱਜੀ ਹੁਣੀ ਆਏ ਪਏ ਆ ਰਾਜ ਸਭਾ ਮੈਂਬਰ ਕ੍ਰਿਕਟਰ, ਅਤੇ ਬਾਬਾ ਜੀ ਹੁਣੀ ਉੱਧਰ ਬੈਠੇ ਉਹਨਾਂ ਨਾਲ। ਇਹਨਾਂ 'ਚ ਡੀਜ਼ਲ ਪਾ ਤਾ ਇਹ ਮਸ਼ੀਨਾਂ 'ਚ, ਅਤੇ ਫੁੱਲ ਹੋ ਗਈਆਂ ਟੈਂਕੀਆਂ। ਬਾਕੀ ਹੁਣ ਆਪਣੇ ਬੰਦੇ ਇੱਧਰਲੇ ਪਾਸੇ, ਕਿਉਂਕਿ ਇੱਕ ਨਾ ਇੱਥੇ ਬੈਕਅਪ ਲਈ ਪਹਿਲਾਂ ਹੀ ਟੈਂਕੀ ਖੜੀ ਹੈ, ਜਿਹਦੇ ਦੇ ਵਿੱਚ ਜਿੰਨਾ ਹੁਣ ਵਾਧੂ, ਕਿਉਂਕਿ ਸੰਗਤ ਦੂਰੋਂ ਵੀ ਆਉਂਦੀ, ਉਹ ਸੇਮ ਡੇ ਮੁੜਨਾ ਹੁੰਦਾ, ਫਿਰ ਜਿਹੜਾ ਵਾਧੂ ਡੀਜ਼ਲ ਹੁੰਦਾ ਉਹ ਇਸ ਤਰ੍ਹਾਂ ਫਿਰ ਆਹ ਵਾਲੇ ਟੈਂਕ 'ਚ ਪਾ ਲੈਂਦੇ, ਅਤੇ ਆਪਣੇ ਵਾਲੇ ਬੰਦੇ ਲੱਗੇ ਪਏ ਪੰਪ ਮਾਰਨ, ਇਹ 'ਚ ਭਰ ਜੂਗਾ ਅਤੇ ਫਿਰ ਬਾਅਦ 'ਚ ਵਰਤਦੇ ਰਹਿਣਗੇ। ਤਕਰੀਬਨ ਘੰਟਾ ਹੋ ਗਿਆ, ਪਹਿਲਾਂ ਉੱਪਰੋਂ ਨਲਕੇ ਨਾਲ ਕੱਢਦੇ ਸੀ ਅਤੇ ਹੁਣ ਇੱਦਾਂ ਕੱਢ ਰਹੇ ਆ, ਅਤੇ ਹਾਲੇ ਤੱਕ ਡੀਜ਼ਲ ਮੁੱਕਾ ਨਹੀਂ। ਇਹ ਬਾਬੇ ਨਾਨਕ ਵਾਲੀਆਂ 13-13 ਹੋਈਆਂ ਪਈਆਂ, ਵੀ ਬੰਦੇ ਹੰਭ ਗਏ ਕੈਨੀਆਂ ਚੱਕ ਚੱਕ ਕੇ ਪਾ ਕੇ, ਇੱਧਰ ਵੀ ਪਾ ਕੇ, ਇੱਧਰ ਵੀ ਟਰੈਕਟਰ ਮਸ਼ੀਨਰੀਆਂ ਸਾਰੀਆਂ ਭਰਤੀਆਂ, ਪਰ ਇਹ ਟੈਂਕਰ ਨਹੀਂ ਮੁੱਕਣ ਡਿਆ। ਕਮਾਲ ਹੀ ਹੋਈ ਪਈ ਆ, ਬੜੇ ਵੱਡੇ ਲੈਵਲ 'ਤੇ ਸੇਵਾ ਚੱਲ ਰਹੀ ਆ। ਕੱਲ੍ਹ ਕੁਝ ਫਰਕ ਸੀਗਾ, ਘੱਟ ਸੀ ਮਤਲਬ, ਕਿਉਂਕਿ ਪਹਿਲਾ ਦਿਨ ਸੀਗਾ, ਅਤੇ ਅੱਜ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਟਰਾਲੀਆਂ, ਟਰੈਕਟਰ, ਟਿੱਪਰ। ਆ ਵੇਖੋ ਤੁਸੀਂ ਅਗਲੇ ਪਾਸੇ, ਤੁਹਾਨੂੰ ਵਿਖਾਉਣਾ ਵੀ ਬੜੀ ਦੂਰੋਂ ਦੂਰੋਂ ਨਾ ਮਿੱਟੀ ਦੀ ਸੇਵਾ ਲਈ ਹੀ ਸੰਗਤਾਂ ਆਈਆਂ ਪਈਆਂ, ਦੂਰੋਂ ਦੂਰੋਂ ਬੋਰੇ ਭਰ ਕੇ ਲੈ ਕੇ ਆ ਰਹੇ ਆ, ਜਾਂ ਫਿਰ ਉਂਝ ਟਰਾਲੀਆਂ ਲੱਦ ਕੇ ਲਿਆ ਰਹੇ ਆ। ਵੇਖੋ ਵੀ ਜਿੰਨਾ ਬੰਨਿਆ ਹੁਣ ਸਾਰੇ ਦੇ ਉੱਤੇ, ਆਹ ਬੋਰੇ ਭਰ ਕੇ ਆਈਆਂ ਪਈਆਂ। ਆਹ ਵੀ ਬੋਰੇ ਵਾਲੀ ਟਰਾਲੀ ਆ, ਉਹ ਪਿਛਲੇ ਪਾਸੇ ਉਂਝ ਖੁੱਲ੍ਹਾ ਰੇਤਾ ਲੱਦਿਆ ਪਿਆ, ਅਤੇ ਇਸ ਤਰ੍ਹਾਂ ਪੂਰੀ ਲਾਈਨ ਲੱਗੀ ਆ। ਇਹ ਤਕਰੀਬਨ ਇੱਧਰੋਂ 500 ਮੀਟਰ ਮੈਂ ਤੁਰ ਕੇ ਆ ਗਿਆ ਬੰਨ ਵਾਲੇ ਪਾਸਿਓਂ, ਅਤੇ 500 ਮੀਟਰ ਤੋਂ ਹੀ ਜ਼ਿਆਦਾ ਮੈਨੂੰ ਲੱਗਦਾ ਪਿਛਲੇ ਪਾਸੇ ਨੂੰ ਲਾਈਨ ਲੱਗੀ ਆ, ਅਤੇ 25-30 ਟਰੈਕਟਰ ਟਰਾਲੀਆਂ ਆ ਜਿਹੜੀਆਂ ਮੈਂ ਲੰਘਿਆ ਆ, ਅਤੇ ਹਾਲੇ ਪਿਛਲੇ ਪਾਸੇ ਹੋਰ ਪਤਾ ਨਹੀਂ ਕਿੱਥੋਂ ਕੁ ਤੱਕ ਇਹ ਲਾਈਨ, ਇਸੇ ਤਰ੍ਹਾਂ ਹੀ ਜਿਹੜੀ ਸੰਗਤ ਆਈ ਪਈ ਆ ਸੇਵਾ ਲੈ ਕੇ। ਇੱਥੇ ਪਿੱਛੇ ਆਪਣੀ ਰਾਸ਼ਨ ਵਾਲੀ ਟਰਾਲੀ ਰੋਕ ਕੇ ਗਏ ਪਏ ਸੀਗੇ, ਅਤੇ ਇਹਦੇ 'ਚੋਂ ਕਾਫੀ ਸਮਾਨ ਜਿਹੜਾ ਇਹ ਬਾਬਿਆਂ ਦੀ ਗੱਡੀ 'ਚ ਲੋਡ ਕਰ ਦਿੱਤਾ ਇੱਧਰ, ਅਤੇ ਸ਼ੰਟੀ ਭਾਅ ਜੀ ਫਿਰ ਲੈ ਕੇ ਚੱਲੇ ਆ, ਸੁਰਜੀਤ ਸਿੰਘ ਸ਼ੰਟੀ ਹੋਣੀ, ਅਤੇ ਉਹ ਇੱਧਰ ਸੰਗਤਾਂ ਨੂੰ ਗਾਂਹ ਜਿੱਥੋਂ ਤੱਕ, ਜਿਵੇਂ ਮੈਂ ਦਿਖਾਇਆ ਸੀ ਵੀ ਇੱਧਰ ਧੱਕਾ ਬਸਤੀ ਜਿਹੜੀ ਹੈ ਇਹ ਰੁੜ ਗਈ ਸਾਰੀ, ਅਤੇ ਇਹ ਸ਼ੈਲਟਰ ਇਹਨਾਂ ਨੂੰ ਮਿਲਿਆ ਸਰਕਾਰੀ, ਅਤੇ ਉੱਥੇ ਫਿਰ ਉਹ ਵੰਡ ਕੇ ਆਉਣਗੇ। ਉਹ ਗੱਡੀ ਚੱਲ ਗਈ ਉੱਧਰਲੇ ਪਾਸੇ, ਅਤੇ ਆ ਕੁਛ ਬੈਗ ਜਿਹੜੇ ਸਾਡੇ ਕੋਲ ਬਚੇ ਆ ਲਿਫਾਫੇ, ਇਹ ਅਸੀਂ ਜਾਂਦੇ ਹੋਏ ਵੰਡ ਦੇਣੇ ਨੇ। ਆਹ ਬਾਈ ਹੋਣੀ ਕਹਿੰਦੇ ਵੀ ਕੱਲ੍ਹ ਵਾਲੀ ਵੀਡੀਓ ਵੇਖੀ ਬਾਬਾ ਜੀ ਹੋਣਾਂ ਨਾਲ, ਫਿਰ ਇਹ ਮਿੱਟੀ ਲੈ ਕੇ ਆਏ, ਟਰਾਲੀ ਲੈ ਕੇ। ਕਿਹੜੀ ਜਗ੍ਹਾ ਤੋਂ ਆਏ ਭਾਅ ਜੀ? ਭੋਗਪੁਰ ਜੀ। ਹਾਂਜੀ, ਭੋਗਪੁਰ। ਭੋਗਪੁਰ ਕਿੱਥੇ ਗਏ? ਅੱਛਾ, ਉਹ ਹੁਸ਼ਿਆਰਪੁਰ ਵਾਲਾ। ਠੀਕ ਆ ਠੀਕ ਆ, ਭੋਗਪੁਰੋਂ ਆਏ ਵੀਰ ਹੋਣੀ। ਕਿੰਨੀਆਂ ਟਰਾਲੀਆਂ? ਇੱਕ ਟਰਾਲੀ ਲੈ ਕੇ ਆਏ? ਦੋ। ਠੀਕ ਆ, ਬਹੁਤ ਬਹੁਤ ਮਿਹਰਬਾਨੀ। ਅਤੇ ਦੇਖੋ ਕਿੰਨੀ ਕਿੰਨੀ ਦੂਰੋਂ ਸੰਗਤ ਆ ਰਹੀ। ਕਿੰਨੇ ਕਿਲੋਮੀਟਰ ਪਿਆ ਭਾਅ ਜੀ? 4-5 ਘੰਟੇ ਲੱਗ ਗਏ ਆਉਣ ਨੂੰ। 4-5 ਘੰਟੇ ਲਾ ਕੇ ਅਤੇ ਮਿੱਟੀ ਦੀ ਟਰਾਲੀ ਲੈ ਕੇ ਇੱਥੇ ਪਹੁੰਚੇ ਆ ਇਹ ਬੰਨ ਵਾਲੇ। ਹੁਣ ਸਾਰੇ ਟ੍ਰੈਫਿਕ 'ਚੋਂ ਆਪਾਂ ਬਾਹਰ ਆ ਗਏ ਹਾਂ, ਅਤੇ ਆਪਣੀ ਸਾਰੀ ਸੰਗਤ ਆਹ ਵਾਲੀ ਆ। ਪਿਛਲੇ ਪਾਸੇ ਟੈਂਕਰ ਆ ਰਿਹਾ, ਹਾਲੇ ਖਾਲੀ ਹੋ ਗਿਆ ਸੀਗਾ, ਅਤੇ ਥੋੜ੍ਹਾ ਜਿਹਾ ਸਮਾਨ ਰਿਹਾ, ਹੁਣ ਅੱਗੇ ਵੰਡਦੇ ਹਾਂ। ਭਾਨੇ ਵਾਲਾ ਪਿੰਡ ਦੇ ਬਾਹਰ ਆਪਾਂ ਆ ਕੇ ਰੁਕੇ ਹਾਂ, ਅਤੇ ਇੱਥੇ ਵੀ ਬਸ ਥੋੜ੍ਹੇ ਕੁ ਬਚੇ ਹੁਣ, ਕਿਉਂਕਿ ਉੱਧਰ ਆਪਾਂ ਸ਼ੰਟੀ ਭਾਅ ਜੀ ਹੋਣਾਂ ਦੇ ਕੋਲੋਂ ਵੀ ਭੇਜਤੇ ਕਾਫੀ, ਉਹ ਵੀ ਉੱਧਰ ਸੰਗਤਾਂ ਨੂੰ ਵੰਡਣ ਗਏ ਆ।
ਬਾਕੀ ਇੱਥੇ ਵੰਡ ਦੇਣੇ ਆ। ਚਲੋ ਜੀ ਆ ਮੋਹਰਿਓਂ ਵੀ ਕੁਛ ਬੰਦੇ ਇਸ਼ਾਰੇ ਕਰ ਰਹੇ ਹੁਣ ਅਗਲੇ ਪਾਸੇ ਚੱਲਣਾ ਅਤੇ ਉੱਥੇ ਦਿੰਦੇ ਬਾਕੀ। ਅਗਲੇ ਪਿੰਡ ਮੁੰਡੀ ਕਾਸੂ ਪਹੁੰਚ ਗਏ ਅਤੇ ਬਾਈ ਹੁਣ ਇੱਥੇ ਜਲਦੀ ਸੇਵਾ ਕਰ ਰਹੇ ਆ। ਉਹ ਆਪਣਾ ਦੂਸਰਾ ਬਾਈ ਵੀ ਆ ਗਿਆ ਪਿੱਛੇ ਟੈਂਕਰ ਖਾਲੀ ਲੈ ਕੇ ਅਤੇ ਹੁਣ ਜਲ ਛਕ ਲਓ ਇੱਥੇ ਵੰਡਣੇ। ਉੱਧਰ ਅਗਲੇ ਪਾਸੇ ਝੋਨਾ ਵੇਖੋ ਕਿਵੇਂ ਤੇੜਾਂ ਪਾਟੀਆਂ ਨੇ, ਕਿਉਂਕਿ ਗਿੱਬ ਜੀ ਬਹੁਤ ਜੰਮੀ ਪਈ ਆ ਤੋ ਸਾਰੀ ਖੇਤ ਦੀਆਂ ਤੇੜਾਂ ਪਾਟ ਗਈਆਂ। ਹੁਣ ਹੋ ਗਿਆ ਜੀ ਫਤਿਹ, ਲਓ ਵੀ ਸਾਰੀ ਟਰਾਲੀ ਖਾਲੀ ਹੋ ਗਈ। ਧੰਨਵਾਦ ਤੁਹਾਡਾ ਸਾਰਿਆਂ ਦਾ ਬਈ। ਅੱਜ ਦੇ ਦਿਨ ਦੀ ਸਾਰੀ ਸੇਵਾ ਸੰਪੂਰਨ ਹੋਣ ਤੋਂ ਬਾਅਦ 'ਚ ਅਸੀਂ ਰੁਕੇ ਅਤੇ ਹੁਣ ਇਹਨਾਂ ਤੋਂ ਰਿਵਿਊ ਲੈਣਾ ਵੀ ਸੇਵਾ ਤੋਂ ਬਾਅਦ 'ਚ ਕਿਵੇਂ ਦਾ ਲੱਗਾ। ਕਮਲ ਬਾਈ ਕੀ ਕਹਿਣਾ? ਭਾਅ ਜੀ ਉੱਧਰ ਦਾ ਸਾਰਾ ਕੁਛ ਠੀਕ ਆ, ਲੈ ਕੇ ਆਓ ਸਾਰੇ ਜਾਣੇ। ਬੋਟ ਦੇ ਵਿੱਚ ਜਾ ਕੇ 8-10 ਘਰਾਂ ਦੇ ਕੇ ਆਏ ਹਾਂ, ਜਿਹੜੇ ਅਸੀਂ ਮੰਨ ਲਓ ਤੋਰ ਕੇ ਰਾਂ, ਜਿਹੜੇ ਮੰਨ ਲਓ ਡੇਰਿਆਂ 'ਤੇ ਬੈਠੇ ਆ ਰੋਡ ਤੋਂ 10-10 ਕਿਲੋਮੀਟਰ ਦੂਰ, ਜਿਹਨੇ ਆਉਣਾ ਆ ਉਹ ਇਸ ਪ੍ਰਬੰਧ ਨਾਲ ਹੀ ਆਵੇ ਵੀ ਤੁਸੀਂ ਜ਼ਿਆਦਾ ਜਾਣੇ ਆਓ, ਜਿਹੜਾ ਤੁਸੀਂ ਆਪ ਅਗਲੇ ਦੇ ਘਰ ਜਾ ਕੇ ਦੇ, ਪਰ ਲੋੜ ਇੱਥੇ ਸਾਰੀਆਂ ਚੀਜ਼ਾਂ ਦੀ ਆ। ਬਿਲਕੁਲ, ਕੋਈ ਤੁਹਾਨੂੰ ਕੁਛ ਵੀ ਕਹਿ ਦੇਵੇ ਵੀ ਨਹੀਂ ਲੋੜ ਸਾਰੀਆਂ ਚੀਜ਼ਾਂ ਦੀ ਆ। ਹਾਂਜੀ ਇੱਥੇ ਹਾਂਜੀ ਹਾਂਜੀ ਭਾਅ ਜੀ ਤੁਹਾਡਾ ਕੀ ਕਹਿਣਾ? ਭਾਅ ਜੀ ਹਜੇ ਮੇਰੇ ਹਿਸਾਬ ਨਾਲ ਹਜੇ ਘੱਟੋ ਘੱਟ 10-15 ਦਿਨ ਹਜੇ ਲੋੜੇ ਹੀ ਹੈ, ਲੋੜੇ ਹੀ ਆ, ਲੋੜੇ ਹੀ। ਜਿਹੜੀ ਵੀ ਚੀਜ਼ ਦੀ ਤੁਸੀਂ ਰੱਖ ਲਓ, ਡੀਜ਼ਲ ਰੱਖ ਲਓ, ਜੋ ਵੀ ਤੁਸੀਂ ਲੈਣਾ ਚਾਹੁੰਦੇ ਆ ਹਰੇਕ ਚੀਜ਼ ਦੀ ਇੱਥੇ ਬੁੱਕਤ ਹੈਗੀ ਹੈ ਜੀ, ਹੈ ਨਾ। ਬਸ ਇਹੀ ਆ ਵੀ ਥੋੜ੍ਹਾ ਜਿਹਾ ਧਿਆਨ ਨਾਲ, ਥੋੜ੍ਹਾ ਜਿਹਾ ਬੰਦਿਆਂ ਤੋਂ ਦੇਖ ਕੇ ਜਿਹੜਾ ਤੁਹਾਨੂੰ ਜੈਨੂਅਨ ਲੱਗਦੇ ਆ ਬਸ ਉਹਨਾਂ ਨੂੰ ਦੂਜਾ ਕਰੋ, ਫਿਰ ਨਹੀਂ ਤਾਂ ਵਿੱਚ ਗਲਤ ਬੰਦੇ ਵੀ ਬਹੁਤ ਆ ਜਿਹੜੇ ਉੱਦਾਂ ਹੀ ਇੱਕ 2-2 ਵਾਰ 3-3 ਵਾਰ ਵੀ ਰਾਸ਼ਨ ਲਈ ਜਾਂਦੇ। ਬਾਕੀ ਤੁਹਾਡਾ ਟੈਂਕ ਤਾਂ ਅੱਜ ਬਾਬੇ ਨਾਨਕ ਦੀਆਂ 13-13 ਵਾਂਗੂ ਖਤਮ ਹੋਣ ਦਾ ਨਾਂ ਨਹੀਂ ਸੀ ਲੈਂਦਾ, ਹੈ ਨਾ? ਬਿਲਕੁਲ ਬਿਲਕੁਲ ਸਹੀ ਗੱਲ ਹੈ। ਅਤੇ ਹੁਣ ਆਪਾਂ ਹਾਂਜੀ ਹਾਂਜੀ ਭਾਅ ਜੀ ਤੁਸੀਂ ਕੀ ਕਹਿਣਾ? ਬਸ ਸਾਰਾ ਕੁਛ ਠੀਕ ਹੈ ਭਾਅ ਜੀ, ਜਿੱਦਾਂ ਵੀ ਜਿਹਨੂੰ ਵੀ ਲੋੜ ਆ, ਜਿਹੜਾ ਮੇਰਾ ਵੀਰ ਆ ਜਿਹੜਾ ਵੀ ਆਉਂਦਾ ਹੈ ਉਹ ਘਰ ਤੱਕ ਪਹੁੰਚ ਕੇ ਰਾਸ਼ਨ ਦੇਵੇ ਵੀ ਦੇਖ ਕੇ, ਜਿਹਦਾ ਘਰ ਦੂਰ ਆ ਮੇਰੇ ਰੋਡ ਨੂੰ ਉਹਨੂੰ ਨਹੀਂ ਲਿੰਕ ਹੈਗਾ, ਉਹਨੂੰ ਸਗੋਂ 2-4 ਚੀਜ਼ਾਂ ਵੱਧ ਦੇ ਕੇ ਆਵੇ। ਬਿਲਕੁਲ, ਕੀ ਪਤਾ ਕਈ ਬੰਦੇ ਅਣਗਹਿਲੀ ਕਰਦੇ, ਬਾਅਦ 'ਚ ਪਤਾ ਨਹੀਂ ਕੋਈ ਪਹੁੰਚਣਾ ਉੱਥੇ ਤੱਕ ਨਹੀਂ, ਹੈ ਨਾ? ਲਾਗੇ ਆ ਜਾਓ। ਹਾਂ ਹਾਂ, ਕਈਆਂ ਘਰਾਂ 'ਚ ਭਾਜੀ ਜਿੱਦਾਂ ਪਾਣੀ ਨਹੀਂ ਪੀਣ ਵਾਲਾ ਪਹੁੰਚਿਆ, ਸਾਰੀਆਂ ਚੀਜ਼ਾਂ ਪਹੁੰਚੀਆਂ, ਪਾਣੀ ਦੀ ਬਹੁਤ ਦਿੱਕਤ ਹੈ ਕਈਆਂ ਘਰਾਂ। ਹਾਂ 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 ਹਾਂਜੀ, ਜਿੱਥੇ ਇੱਕ ਥਾਂ 'ਤੇ ਨਾ ਇਕੱਲਾ ਸਟਾਪ ਹੋਵੇ। ਬਿਲਕੁਲ, ਇੱਕ ਘਰ ਦੇ ਵਿੱਚ ਜਾ ਕੇ ਜੇ ਪਿੰਡ ਦਾ ਕੋਈ ਮੋਤਵਾਰ ਹੈ ਉਹਦੇ ਘਰੇ ਨਾ ਸਾਰਾ ਕੁਝ ਦੇਖੇ। ਸਾਰਿਆਂ ਨੂੰ ਇੱਕ ਬੇਨਤੀ ਆ ਜੀ, ਬਸ ਜਿਹੜੇ ਰੋਡ 'ਤੇ ਖੜੇ ਆ ਨਾ ਬੰਦੇ ਜਾਂ ਤੁਹਾਡੇ ਮਗਰ ਮੋਟਰਸਾਈਕਲ ਲੈ ਲੈ ਨੱਠਦੇ ਆ, ਉਹਨਾਂ ਤੋਂ ਬਿਲਕੁਲ ਪਰਹੇਜ਼ ਕਰੋ ਜੀ, ਹੋਰ ਬਾਕੀ ਸਾਰਾ ਕੁਝ ਠੀਕ ਆ। ਬਿਲਕੁਲ, ਉਹ ਬੰਦੇ ਢਾਣੀਆਂ ਬਣਾ ਕੇ ਖੜੇ, ਪਤਾ ਵੀ ਇਧਰੋਂ ਇਦਾਂ ਆਉਣੀ ਆ, ਉਸੇ ਗਰੁੱਪ ਦੇ ਹਿਸਾਬ ਨਾਲ ਅਗਲੇ ਨੱਠ ਪਈ ਜਾਂਦੇ ਆ, ਹੈ ਨਾ? ਬਿਲਕੁਲ। ਹੁਣ ਬਾਕੀ ਭਾਜੀ ਮੇਰਾ ਦੱਸੂਗਾ ਕੀ ਕਹਿ ਰਿਹਾ ਜੀ। ਸਾਨੂੰ ਅੱਜ ਇੱਕ ਭਾਜੀ ਬੰਦੇ ਮਿਲੇ, ਹਾਂਜੀ, ਉਹਨਾਂ ਨੇ ਜਿੱਦਾਂ ਆਪਾਂ ਉਹਨਾਂ ਨੂੰ, ਉਹਨਾਂ ਦਾ ਘਰ ਦੂਰ ਸੀਗਾ ਰੋਡ ਤੋਂ, ਉਹਨੂੰ ਅਸੀਂ ਕਿਹਾ ਵੀ 2-3 ਲੋਹਾ ਵੇ ਦੇ, ਉਹ ਉਹਨੇ ਚ ਕਹਿੰਦੇ ਵੀ ਨਹੀਂ, ਅੱਛਾ, ਵੀ ਜਿੰਨਾ ਲੋੜ ਹੈ ਅਸੀਂ ਉਨਾ ਲੈ ਕੇ ਜਾਣਾ, ਜ਼ਿਆਦਾ ਫਾਲਤੂ ਚੀਜ਼ ਨਹੀਂ ਲੈਣੀ। ਮਤਲਬ ਅਗਲੇ ਨੇ ਇੱਕ ਅੱਧਾ ਹੀ ਜਿੰਨਾ ਇੱਕ ਹੀ ਲਿਆ, ਹੈ ਨਾ? ਬਿਲਕੁਲ, ਜੇ ਅਗਲੇ 'ਤੇ ਮੁਸੀਬਤ ਵੀ ਪਈ ਆ ਤੇ ਅਗਲੇ ਆਪਣੀ ਇਨਸਾਨੀਅਤ ਵੀ ਇਹ ਚੀਜ਼ ਦਿਖਾ ਰਹੇ ਆ ਵੀ ਸਹੀ ਆ, ਜਿਹਨੂੰ ਵੀ ਜੇ ਸਾਨੂੰ ਜ਼ਿਆਦਾ ਨਾ ਦਿਓ, ਹੋਰ ਵੀ ਜੇ ਕੋਈ ਲੋੜਵੰਦ ਆ ਉਹਨੂੰ ਦਿਓ ਤੁਸੀਂ। ਬਿਲਕੁਲ, ਕਿਉਂਕਿ ਲੋੜ ਤਾਂ ਸਾਰਿਆਂ ਨੂੰ ਹੈ ਹੀ ਆ। ਚਲੋ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਤੁਸੀਂ ਸਾਡੇ ਨਾਲ ਆਏ ਹੋ। ਨਹੀਂ ਨਹੀਂ, ਥੈਂਕ ਯੂ ਜੀ, ਮਿਹਰਬਾਨੀ ਜੀ। ਹਾਂਜੀ, ਅੱਜ ਦੀ ਇਹ ਸੇਵਾ ਮੁਕੰਮਲ ਹੋ ਗਈ ਹੈ, ਜਿੱਥੇ ਜਿੱਥੇ ਰਾਸ਼ਨ ਪਹੁੰਚਾਉਣਾ ਸੀ ਉੱਥੇ ਵੰਡ ਆਏ ਹਾਂ ਅਤੇ ਸਾਰਿਆਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਕਾਰ ਸੇਵਾ ਚੱਲ ਰਹੀ ਹੈ, ਕਿਉਂਕਿ ਇਹ ਜਿਹੜਾ ਪਹਾੜ ਹੈ ਜਿੱਥੇ ਅੱਜ ਗਏ ਸੀ ਤਾਂ ਇਹ ਵੱਡਾ ਪਹਾੜ ਹੈ, ਪਹਿਲਾਂ 350-350 ਤੱਕ ਦਾ ਸੀਗਾ, ਇਹ 900 ਫੁੱਟ ਦਾ ਪਹਾੜ ਹੈ ਅਤੇ ਇੱਥੇ ਸੰਗਤ ਵੱਧ ਤੋਂ ਵੱਧ ਡੀਜ਼ਲ ਲੈ ਕੇ ਆਵੇ, ਮਿੱਟੀ ਲੈ ਕੇ ਆਵੇ, ਹਾਲਾਂਕਿ ਬਹੁਤ ਸਾਰੀਆਂ ਟਰਾਲੀਆਂ ਦੂਰ ਦੁਰਾਡਿਆਂ ਤੋਂ ਆਈਆਂ ਹੋਈਆਂ ਨੇ, ਦੁਆਬਾ, ਮਾਝਾ, ਮਾਲਵਾ, ਹਰ ਪਾਸੇ ਤੋਂ ਸੰਗਤ ਸੇਵਾ ਲਈ ਆ ਰਹੀ ਹੈ ਅਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿਉਂਕਿ ਹੁਣ ਉੱਥੇ ਜ਼ਿਆਦਾ ਲੋੜ, ਕਿਉਂਕਿ ਰਾਸ਼ਨ ਬਹੁਤ ਜ਼ਿਆਦਾ ਆ ਗਿਆ, ਸਟੋਕ ਵੀ ਹੋਇਆ ਸੰਤ ਸੀਚੇਵਾਲ ਹੋਣਾ ਉਹਨਾਂ ਵੱਲੋਂ ਵੀ ਸਟੋਕ ਕੀਤਾ ਹੋਇਆ, ਉੱਥੇ ਵੀ ਸੰਗਤ ਪਹੁੰਚਾ ਰਹੀ ਹੈ, ਪਰ ਜ਼ਿਆਦਾ ਲੋੜ ਹੁਣ ਮਿੱਟੀ ਦੀ ਅਤੇ ਡੀਜ਼ਲ ਦੀ ਹੈ ਅਤੇ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਜੋ ਕਿ ਪੰਜਾਬ ਦੇ ਉੱਤੇ ਜੋ ਇਹ ਮੁਸੀਬਤ ਆਈ ਹੈ ਉਹ ਸਾਰੇ ਪੰਜਾਬੀਆਂ ਨੇ ਮਿਲ ਕੇ ਹੀ ਇਹਦਾ ਹੱਲ ਕਰਨਾ ਹੈ।